ਸਤ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕੁੜੀ ਨੇ ਆਪਣੀ ਪੱਕੀ ਨੌਕਰੀ ਛੱਡ ਕੇ ਕੂੜਾ ਚੁੱਕਣ ਦਾ ਕੰਮ ਕਰਤਾ ਸ਼ੁਰੂ ਹੁਣ ਬਣ ਗਈ ਇਦਾਂ ਕਰੋੜਪਤੀ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸਮਾਜ ਦੇ ਵਿੱਚ ਕੁਝ ਅਜਹੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਥੋੜਾ ਮੁਸ਼ਕਲ ਹੁੰਦਾ ਹੈ ਪਰ ਹਕੀਕਤ ਦੇ ਵਿੱਚ ਉਹ ਅਟੱਲ ਸਚਾਈ ਹੁੰਦੀ ਆ ਅਜਿਹੀ ਇੱਕ ਘਟਨਾ ਸੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਸ ਤੇ ਵਿਸ਼ਵਾਸ ਕਰਨਾ ਥੋੜਾ ਮੁਸ਼ਕਲ ਹੈ ਪਰ ਇਹ ਇੱਕ ਔਰਤ ਦੀ ਜ਼ਿੰਦਗੀ ਦੀ ਅਸਲ ਕਹਾਣੀ ਹੈ ਦਰਅਸਲ ਇੱਕ ਔਰਤ ਪੱਕੀ ਨੌਕਰੀ ਤੇ ਲੱਗੀ ਹੋਈ ਸੀ ਪਰ ਅਚਾਨਕ ਉਸ ਦੇ ਮਨ ਵਿੱਚ ਕੁਝ ਅਦੇਹਾ ਆਇਆ ਕਿ ਉਸਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਤਸਵੀਰ ਦੋਸਤੋ ਤੁਸੀਂ ਉਸ ਔਰਤ ਦੀ ਦੇਖ ਸਕਦੇ ਹੋ ਇਸ ਕੰਮ ਦੇ ਵਿੱਚ ਔਰਤ ਦੀ ਇੰਨੀ ਜ਼ਿਆਦਾ ਸ਼ੋਹਰਤ ਹਾਸਲ ਕਰ ਲਈ ਕਿ ਉਸ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਤੇ ਔਰਤ ਕਰੋੜਪਤੀ ਬਣ ਚੁੱਕੀ ਆ ਇਸ ਔਰਤ ਦੀ ਕਹਾਣੀ ਜੋ ਵੀ ਸੁਣ ਰਿਹਾ ਹੈ ਹੈਰਾਨ ਹੋ ਰਿਹਾ ਜ਼ਿਕਰਯੋਗ ਹੈ ਕਿ ਔਰਤ ਅਮਰੀਕਾ ਦੇ ਟਾਕਸਿੰਗ ਸ਼ਹਿਰ ਦੀ ਰਹਿਣ ਵਾਲੀ ਹੈ ਜਦੋਂ ਇਸ ਔਰਤ ਵੱਲੋਂ ਆਪਣੀ ਨੌਕਰੀ ਛੱਡ ਕੇ ਕੂੜਾ ਚੁੱਕਣ ਦਾ ਕੰਮ ਕੀਤਾ ਗਿਆ ਸੀ ਤਾਂ ਸਾਰੇ ਲੋਕ ਹੈਰਾਨ ਸਨ ਉਸ ਔਰਤ ਦੇ ਕੰਮ ਨੂੰ ਲੈ ਕੇ ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ ਪਰ ਜਦੋਂ ਇਹ ਔਰਤ ਕਰੋੜਪਤੀ ਬਣ ਗਈ ਤਾਂ ਸਾਰੇ ਲੋਕ ਕਾਫੀ ਹੈਰਾਨ ਨੇ ਤੇ ਔਰਤ ਦਾ ਨਾਮ ਟਿਫਣੀ ਹੈ ਟਿਫਣੀ ਦੇ ਵੱਲੋਂ ਆਪਣੇ ਅਕਸਰ ਹੀ ਇੰਸਟਾਗ੍ਰam ਪੇਜ ਦੇ ਉੱਪਰ ਆਪਣੇ ਕੰਮ ਕਰਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਟਿਫਨੀ ਦੀ ਆਮਦਨ ਦਾ ਮੁੱਖ ਸਰੋਤ ਦੂਜਿਆਂ ਦੇ ਵੱਲੋਂ ਸੁੱਟਿਆ ਕੂੜਾ ਹੈ ਟਿਫਨੀ ਹੁਣ ਕਰੋੜਪਤੀ ਬਣ ਚੁੱਕੀ ਹੈ ਤੇ ਆਪਣੇ ਕੂੜਾ ਚੁੱਕਣ ਦਾ ਕੰਮ ਬਹੁਤ ਹੀ ਧਿਆਨ ਦੇ ਨਾਲ ਕਰਦੀ ਆ ਅੱਗੇ ਉਸਨੇ ਪੂਰੀ ਟੀਮ ਹਾਇਰ ਕਰ ਲਈ ਆ ਜੋ ਇਹ ਕੰਮ ਕਰ ਰਹੀ ਆ ਧੰਨਵਾਦ